ਤੁਸੀਂ ਦੇਖ ਰਹੇ ਆ ਸਾਡੇ ਕੋਲ ਮੋਬਾਈਲ ਤੇ ਬੇਬੀ ਦਾ ਫੇਸ ਆਈ ਹਰ ਵੇਲੇ ਫੋਨ ਚ ਬੜੀ ਰਿਹਾ ਕਰ ਹੋਰ ਇਹੀ ਕੰਮ ਆ ਤੈਨੂੰ ਦਾਦੀ ਦਾ ਲੱਕ ਟੁੱਟਾ ਪਾਪਾ ਦੀ ਬਾਹ ਟੁੱਟੀ ਮੰਮਾ ਠੀਕ ਨਹੀਂ ਆ ਦਾਦੀ ਦਾ ਲੱਕ ਟੁੱਟਾ ਪਾਪਾ ਤੇ ਅੱਜ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਤੇ ਨੁਕਸਾਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰਿਆਂ ਠੀਕ ਹੋਵੋਗੇ ਅੱਜ ਨਿਕਲੀ ਆ ਧੁੱਪ ਤੇ ਬਹੁਤ ਹੀ ਵਧੀਆ ਮੌਸਮ ਬਣ ਗਿਆ ਅੱਜ ਤੇ ਆਹ ਦੇਖੋ ਜੀ ਅਮਨਪ੍ਰੀਤ ਪਈ ਆ ਲੰਮੀ ਸੁੱਤੀ ਪਈ ਆ ਧੁੱਪ ਸੇਕ ਰਹੀ ਆ ਧੁੱਪ ਦਾ ਆਨੰਦ ਮਾਣ ਰਹੀ ਆ ਬੇਬੀ ਨੇ ਕਰ ਦਿੱਤੀ ਆ ਪੋਟੀ ਤੇ ਪੋਟੀ ਦਾ ਸੀਜ਼ਨ ਚੱਲ ਰਿਹਾ ਜੀ ਬੇਬੀ ਨੂੰ ਅਜੇ ਧੁੱਪ ਧੁੱਪ ਸੁਕਾ ਰਹੇ ਹਾਂ ਅਸੀਂ ਅਤੇ ਬੜੇ ਚਿਰਾਂ ਬਾਅਦ ਧੁੱਪ ਨਿਕਲੀ ਆ ਠੰਡ ਬਹੁਤ ਸੀਗੀ ਅਤੇ ਹੁਣ ਥੋੜ੍ਹਾ ਮੌਸਮ ਫਰਕ ਪਿਆ ਆ ਅਤੇ ਅਮਨ ਵੀ ਬਾਹਰ ਰੈਸਟ ਕਰ ਰਹੀ ਧੁੱਪੇ ਅਤੇ ਇਹਦੀ ਵੀ ਮਾਲਚ ਮੂਲਚ ਕਰਨੀ ਆ ਬਾਕੀ ਬੇਬੀ ਦਾ ਫੇਸ ਅਸੀਂ ਦਿਖਾ ਲਾਂਗੇ ਥੋੜ੍ਹਾ ਟਾਈਮ ਅਟਕ ਕੇ ਅਤੇ ਉਹ ਤੁਹਾਨੂੰ ਅਮਨ ਦੱਸੂ ਵੀ ਕਦੋਂ ਦਿਖਾਉਣਾ ਬੇਬੀ ਦਾ ਫੇਸ ਅਤੇ ਬਹੁਤ ਸਾਰੇ ਮੈਸੇਜ ਸਾਨੂੰ ਆ ਰਹੇ ਸੀ ਕਿ ਬੇਬੀ ਦਾ ਫੇਸ ਨਹੀਂ ਦਿਖਾ ਰਹੇ ਤੁਸੀਂ ਅਤੇ ਉਹ ਵੀ ਦਿਖਾ ਲੈਣਾ ਆ ਬੇਬੀ ਦਾ ਫੇਸ ਅਸੀਂ ਹਜੇ ਤੱਕ ਜਿਹੜੀ ਆ ਫੇਸ ਦਿਖਾ ਲੈਣਾ ਸਹਿਜ ਬੇਬੀ ਦਾ ਫੇਸ ਦਿਖਾ ਲੈਣਾ ਕਿਦਾਂ ਸਹਿਜ ਸਾਡੀ ਕਰ ਰਹੀ ਆ ਪੜ੍ਹਾਈ ਕਿਉਂਕਿ ਛੁੱਟੀਆਂ ਇਹਦੀਆਂ ਖਤਮ ਹੋ ਜਾ ਰਹੀਆਂ ਅਤੇ ਇਸ ਕਰਕੇ ਇਹਦਾ ਪੜ੍ਹਾਈ ਦੇ ਵਿੱਚ ਧਿਆਨ ਆ ਇਸ ਟਾਈਮ ਅਤੇ ਅਸੀਂ ਵੀ ਇਹਨੂੰ ਪੜ੍ਹਾਈ ਕਰਵਾ ਰਹੇ ਹਾਂ ਕਿ ਤੂੰ ਹੁਣ ਪੜ੍ਹਾਈ ਕਰ ਲਾ ਅਤੇ ਬਾਕੀ ਆ ਕੇ ਲੈ ਕੇ ਇਹਨਾਂ ਹੀ ਕਰਨਾ ਮੂੰਹ ਸਾਫ਼ ਆਪਾਂ ਪੋਟੀ ਕਰਨੀ ਸਾਰੀ ਦਿਹਾੜੀ ਨੈਪੀ ਬਦਲੋ ਨੈਪੀ ਲਾਓ ਇੱਡੇ ਨਿਕਲਣ ਦੀ ਦੇਖੋ ਸਹਿਜ ਪਰੇਸ਼ਾਨ ਕਰਨ ਦੀ ਕਾਕੇ ਨੂੰ ਸਹਿਜ ਕੀ ਕਰਨ ਦੀ ਆ ਖੇਡਦੀ ਉਹਦੀ ਮਾਲਸ਼ ਹੁੰਦੀ ਆ ਨਾ ਛੇੜਨ ਨੂੰ ਸਹਿਜ ਨੇ ਅੱਜ ਹੇਅਰ ਸਟਾਈਲ ਦਿਖਾਈ ਸਹਿਜ ਆਪਣਾ ਹੋਏ ਕੀ ਕਰਦੀ ਇਹ ਤੂੰ ਡਿੱਗ ਜਾਣਾ ਇਹ ਆਪਣਾ ਹੇਅਰ ਸਟਾਈਲ ਦਿਖਾਈ ਆਹਾ ਇਹਨੇ ਆਪੇ ਹੀ ਕੀਤਾ ਆਪਣਾ ਹੇਅਰ ਸਟਾਈਲ ਆਹਾ ਸਟੈਲੋ ਆ ਜੀ ਇਹਨੂੰ ਅਗਰ ਕਿਸੇ ਨੇ ਫੈਸ਼ਨ ਸ਼ੋਅ 'ਚ ਲੈ ਜਾਣਾ ਤਾਂ ਲਿਜਾ ਸਕਦਾ ਨੂੰ ਫੈਸ਼ਨ ਸ਼ੋਅ ਕਰਨਾ ਕਰਨਾ ਆਹ ਤੇ ਫਿਰ ਪੜ੍ਹਾਈ ਕਰਦੀ ਆ ਚੱਲ ਚੱਲ ਪੜ੍ਹ ਆ ਜਾ ਬਾਕੀ ਵੀ ਕਰੋ ਫੈਸ਼ਨ ਸ਼ੋਅ ਦੇ ਬਾਅਦ ਚੱਲ ਜੀ ਪਹਿਲਾਂ ਪੜ੍ਹਾਈਆਂ ਕਰ ਲਾ ਚੂੰਡੀਆਂ ਲਾਈਆਂ ਲਟਾ ਇਹ ਮੇਰੀ ਫੈਸ਼ਨ ਸ਼ੋਅ ਵਾਲੀ ਕੁੜੀ ਆ ਲਿੰਗੂ ਲਿੰਗੂ ਇਹ ਲਿੰਗੂ ਦਾ ਨਾਮ ਰੱਖ ਦਿੱਤਾ ਲਿੰਗੂ ਠੀਕ ਆ ਲਿੰਗੂ ਪੈਸੇ ਲੱਗਣੇ ਜਿੱਤੇ ਕਿ ਸਾਡੀ ਦੇਖੋ ਜੀ ਇੱਕ ਤਾਂ ਸਾਡਾ ਹੋ ਗਿਆ ਜੀ ਟੀਵੀ ਖਰਾਬ ਠੀਕ ਆ ਜੀ
ਇਹ ਵੀ ਨਹੀਂ ਚੱਲ ਰਿਹਾ, ਇਹ ਖਰਾਬ ਹੋ ਗਿਆ। ਪਹਿਲੇ ਵੀ ਇੱਥੇ ਆਪਾਂ 1500 ਰੁਪਏ ਲਾਇਆ ਸੀਗਾ ਅਤੇ ਹੁਣ ਵੀ ਖਰਾਬ ਹੋ ਗਿਆ। ਦੂਜਾ ਸਾਡਾ ਐਲ ਈ ਡੀ ਆ, ਇਹ ਵੀ ਸਾਰੀ ਟੋਟਲੀ ਖਰਾਬ ਆ, ਲਾਈਟ ਜਗੀ ਜਗਦੀ ਆ ਪਰ ਚੱਲਦੀ ਹੈ ਨਹੀਂ। ਅਤੇ ਅੱਜ ਆਪਾਂ ਮੈਚ ਵੀ ਦੇਖਣਾ ਸੀਗਾ ਅਤੇ ਸਾਡਾ ਬਹੁਤ ਜ਼ਿਆਦਾ ਇਹ ਨੁਕਸਾਨ ਹੋਇਆ ਅਤੇ ਬਹੁਤ ਮਨ ਉਦਾਸ ਜਿਹਾ ਹੋਇਆ ਅੱਜ, ਅਤੇ ਸਾਰੇ ਜਣੇ ਇਸ ਕਰਕੇ ਬਾਹਰ ਹੀ ਬੈਠੇ ਆ ਅਤੇ ਟੀ ਵੀ ਤੋਂ ਬਿਨਾਂ ਫਿਰ ਤੁਹਾਨੂੰ ਪਤਾ ਕਿ ਸੁੰਨਾ ਸੁੰਨਾ ਹੋ ਜਾਂਦਾ। ਪਹਿਲਾਂ ਤਾਂ ਸਾਡੀ ਖਰਾਬ ਹੋਈ ਫਰਿੱਜ, ਅੱਜ ਫਰਿੱਜ ਵੀ ਖਰਾਬ ਹੋਈ। ਸਭ ਤੋਂ ਪਹਿਲਾਂ ਸਾਡੀ ਖਰਾਬ ਹੋਈ ਫਰਿੱਜ। ਜਦੋਂ ਸਾਡੀ ਇੱਕ ਚੀਜ਼ ਘਰ 'ਚ ਖਰਾਬ ਹੋ ਜਾਵੇ ਨਾ, ਵੀ ਸਾਰੀਆਂ ਚੀਜ਼ਾਂ ਖਰਾਬ ਹੁੰਦੀਆਂ ਰਹਿੰਦੀਆਂ, ਇੱਕ ਦੂਜੇ ਵੱਲ ਦੇਖ ਕੇ ਸਾਰੀਆਂ ਵਿਗੜਦੀਆਂ ਰਹਿੰਦੀਆਂ। ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਆ, ਅਤੇ ਪਹਿਲੇ ਫਰਿੱਜ ਖਰਾਬ ਹੋਈ, ਫਿਰ ਟੀ ਵੀ ਖਰਾਬ ਹੋ ਗਿਆ, ਫਿਰ ਐਲ ਈ ਡੀ ਖਰਾਬ ਹੋ ਗਈ, ਸਾਰਾ ਕੁਛ ਖਰਾਬ ਹੀ ਆ ਅਤੇ ਆਪਾਂ ਵੀ ਖਰਾਬ ਹੀ ਹੋਣ ਦੇ ਲੱਗਦੇ ਹਾਂ। ਖਰਬੂਜੇ ਦੇ ਖਰਬੂਜੇ ਰੰਗ ਬਦਲੀ ਜਾਂਦੇ। ਹੁਣ ਜੇ ਮੇਰੀ ਸਿਹਤ ਖਰਾਬ ਆ ਤਾਂ ਇਹ ਕਹਿੰਦੇ ਮੇਰੀ ਵੀ ਖਰਾਬ, ਜੇ ਮੈਂ ਨਹੀਂ ਉੱਠ ਪਾਉਂਦੀ ਤਾਂ ਕਹਿੰਦੇ ਮੇਰੇ ਤੋਂ ਵੀ ਨਹੀਂ ਉੱਠ ਹੁੰਦਾ। ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ, ਅਤੇ ਹੁਣ ਨੁਕਸਾਨ ਜਿਹੜਾ ਆ ਉਹ ਕਿੱਦਾਂ ਪੂਰਾ ਹੋਊਗਾ। ਦਾਦੀ ਦਾ ਲੱਕ ਟੁੱਟਾ, ਪਾਪਾ ਪਾਪਾ ਦੀ ਬਾਹ ਟੁੱਟੀ, ਮੰਮਾ ਠੀਕ ਨਹੀਂ ਆ। ਦਾਦੀ ਦਾ ਲੱਕ ਟੁੱਟਾ, ਪਾਪਾ ਦੀ ਬਾਹ ਟੁੱਟੀ ਤੇ ਮੰਮਾ ਠੀਕ ਨਹੀਂ ਆ। ਤੇ ਸਹਿਜੂ ਮੈਂ ਤਾਂ ਉੱਠ ਸਕਦੀ, ਸਹਿਜੂ ਠੀਕ ਆ, ਸਹਿਜੂ ਠੀਕ ਆ ਜੀ। ਤੇ ਕਹਿੰਦੀ ਦਾਦੀ ਦਾ ਲੱਕ ਟੁੱਟਾ ਤੇ ਪਾਪਾ ਦੀ ਬਾਂਹ ਟੁੱਟੀ ਤੇ ਮੰਮਾ ਦਾ ਠੀਕ ਨਹੀਂ ਆ, ਮੰਮਾ ਉਦਾਂ ਠੀਕ ਨਹੀਂ। ਬੰਦੇ ਵੀ ਸਾਰੇ ਖਰਾਬ ਹੀ ਆ ਤਕਰੀਬਨ, ਤੇ ਐਲਈਡੀਆਂ ਤਾਂ ਆਪ ਹੀ ਖਰਾਬ ਹੋਣੀ, ਐਲਈਡੀ ਵੀ ਖਰਾਬ ਹੋ ਗਈ, ਟੀਵੀ ਵੀ ਖਰਾਬ ਹੋ ਗਿਆ, ਫਰਿੱਜ ਵੀ ਖਰਾਬ ਹੋ ਗਈ, ਅਸੀਂ ਵੀ ਖਰਾਬ ਹੋ ਗਏ, ਅਸੀਂ ਵੀ ਖਰਾਬ ਹੋ ਗਏ। ਸਹਿਜੂ ਤਾਂ ਖਰਾਬ ਨਹੀਂ ਆ, ਸਹਿਜੂ ਸਹੀ ਆ, ਸਹਿਜੂ ਪੂਰੇ ਫੈਸ਼ਨ ਚ ਆ। ਕੁੜੀਆਂ ਦਾ ਦਰੇ ਕਿ ਰਗੜਾਈਆਂ ਤੇ ਕਾਕੇ ਦੀ ਹੁੰਦੀ ਆ ਮਾਲ ਚ, ਬੱਚੇ ਦੀ ਕਾਕੇ ਦੀ ਮਾਲਸ਼ ਹੋ ਰਹੀ ਆ ਤੇ ਇਹਦਾ ਫੇਸ ਵੀ ਤੁਹਾਨੂੰ ਉੱਪਰ ਦਿਖਾ ਲਾਂਗੇ ਕਾਕੇ ਦਾ ਵੀ। ਫੇਸ ਆਪਾਂ ਦੱਸ ਦਿੰਦੇ ਕਿਤੇ ਗਿਆ ਆ, ਕੋਈ ਕਹਿੰਦਾ ਇਹਨਾਂ ਤੇ ਗਿਆ ਆ ਤੇ ਕੋਈ ਕਹਿੰਦਾ ਸਹਿਜੂ ਤੇ ਤਾਂ ਕੋਈ ਕਹਿੰਦਾ ਮੇਰੇ ਤੇ ਆ, ਕੋਈ ਕਹਿੰਦਾ ਕਿ ਮੇਰੇ ਵਰਗਾ ਜਿੱਦਾਂ ਮੈਂ ਆ ਟੁੱਟਾ ਭੱਜਾ, ਤੇ ਕੋਈ ਕਹਿੰਦਾ ਸਹਿਜੂ ਤੇ ਗਿਆ ਆ, ਤੇ ਕੋਈ ਕਹਿੰਦਾ ਇਹਦੀ ਮਾਂ ਤੇ ਗਿਆ ਆ। ਲਓ ਜੀ ਟੀਵੀ ਠੀਕ ਕਰਨ ਵਾਲਾ ਹੁਣ ਭਾਈ ਆ ਗਿਆ ਆ, ਤੇ ਬਹੁਤ ਹੀ ਵੇਟ ਕੀਤੀ ਆ, ਅੱਜ ਸਵੇਰੇ 7 ਵਜੇ ਦਾ ਫੋਨ ਕੀਤਾ ਸੀਗਾ ਭਾਈ ਨੂੰ ਤੇ ਹੁਣ ਪਹੁੰਚਿਆ ਆ, ਤੇ ਇਹ ਡੰਡ ਫੰਡ ਬਹੁਤ ਕਰਦੇ, ਇੱਕ ਆਉਂਦੇ ਨਹੀਂ ਹੈਗੇ ਟਾਈਮ ਸਿਰ ਜਿਹੜੇ ਰਿਪੇਅਰ ਕਰਦੇ ਆ ਟੀ ਵੀ ਟੂਵੀ ਜਾਂ ਕੁਛ ਵੀ, ਤੇ ਇਹ ਕਹਿੰਦੇ ਆ ਕਿ ਪੂਜਾ ਕਰਾਓ ਘਰ ਦੇ ਵਿੱਚ ਆਪਣੇ ਕੋਈ, ਤੇ ਠੀਕ ਆ। ਹਾਂਜੀ ਗੱਲ ਇਹ ਕਿੱਦਾਂ ਕਿ ਕਹਿੰਦੇ ਕਿ ਐਲ ਈ ਡੀ ਨਹੀਂ ਠੀਕ ਹੋਣੀ, 70 ਰੁਪਈਆ ਲੱਗਣਾ, 3000 ਰੁਪਈਆ, ਅਤੇ ਜਿਹੜਾ ਟੀ ਵੀ ਉਹ ਠੀਕ ਹੋ ਗਿਆ ਸਾਡਾ, ਅਤੇ ਅੱਜ ਮੂਡ ਔਫ ਹੀ ਆ ਸਾਰਿਆਂ ਦਾ ਕਿਉਂਕਿ ਐਲ ਈ ਡੀ ਖਰਾਬ ਹੋ ਗਈ ਆ, ਅਤੇ ਹੁਣ ਐਲ ਈ ਡੀ ਠੀਕ ਕਰਾ ਕੇ, ਠੀਕ ਕਰਾਉਣ ਜੋਗੇ ਪੈਸੇ ਅਮਨ ਆਪ ਆਪਣੇ ਕੋਲ ਦਊਗੀ, ਅਮਨ ਠੀਕ ਕਰਾ ਕੇ ਦਊਗੀ ਐਲ ਈ ਡੀ, ਹੁਣ ਤੂੰ ਹੀ ਠੀਕ ਕਰਾ ਕੇ ਦੇਵੀਂ ਐਲ ਈ ਡੀ, ਇਹ ਹੁਣ ਕਮਾਈ ਕਰੂਗੀ ਤਾਂ ਇਹ ਠੀਕ ਕਰਾ ਕੇ ਦਊਗੀ। ਤੇ ਬੇਬੀ ਤੁਸੀਂ ਦੇਖ ਰਹੇ ਆ ਸਾਡੇ ਕੋਲ, ਤੇ ਬੇਬੀ ਦਾ ਫੇਸ ਅਸੀਂ ਦਿਖਾ ਲਾਂਗੇ, ਪਰੇਸ਼ਾਨ ਕਰਦੀ ਨਾ ਸ਼ੋਰੀ ਸਾਡੀ ਬਹੁਤ ਜ਼ਿਆਦਾ, ਤੇ ਕਈਆਂ ਨੂੰ ਇਹ ਤਾਂ ਕੋਈ ਨਹੀਂ ਪਤਾ ਹੈਗਾ ਸਾਡੇ ਗੁੜੀਆ ਹੋਈ ਆ, ਤੇ ਵਿੱਚ ਬਹੁਤ ਸਾਰੇ ਮੈਸੇਜ ਹੈ ਤੱਕ ਵੀ ਆ ਰਹੇ ਆ ਕਿ ਦੱਸਦੇ ਨਹੀਂ ਪਏ ਤੁਸੀਂ ਸਾਡੇ ਗੁੜੀਆ ਹੋਈ ਆ ਜੀ, ਤੇ ਸਾਨੂੰ ਬਹੁਤ ਵਧੀਆ ਤੇ ਬਲੌਗ ਸਾਡਾ ਦੇਖ ਸਕਦੇ ਤੁਸੀਂ, ਬਾਕੀ ਇਹ ਕਿਤੇ ਕੋਈ ਫਿਕਰ ਫੁਕਰ ਨਹੀਂ ਕਰੀਦਾ ਹੈਗਾ, ਲੋਕ ਕਹਿੰਦੇ ਜੋ ਕਹੀ ਜਾਣ ਦਿਓ, ਕਿਉਂਕਿ ਦੇਖੋ ਕੁੜੀਆਂ ਸਾਡੀਆਂ ਪਾਲਣੀਆਂ, ਅਸੀਂ ਐਵੇਂ ਲੋਕੀਆਂ ਨੂੰ ਪਤਾ ਨਹੀਂ ਕਾਹਦੀ ਟੈਨਸ਼ਨ ਪਈ ਆ, ਪਾਲਣੀਆਂ ਅਸੀਂ ਹੋਈਆਂ ਸਾਡੇ, ਐਵੇਂ ਲਟਰਮ ਪਟਰਮ ਲਾਈ ਆ ਲੋਕਾਂ ਨੇ।
ਤੇ ਇਸ ਕਰਕੇ ਸਾਡੇ ਵਲੌਗ ਨੂੰ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਸਾਨੂੰ ਇੱਦਾਂ ਹੀ ਪਿਆਰ ਕਰਦੇ ਰਹਿਓ ਅਤੇ ਕੁਛ ਕਹਿਣਾ ਚਾਹੁੰਦੇ ਤੁਸੀਂ ਹੁਣ ਤੁਹਾਨੂੰ ਐਲ ਈ ਡੀ ਠੀਕ ਕਰਾ ਕੇ ਦੇਵਾਂਗੇ ਐਲ ਈ ਡੀ ਖਰਾਬ ਹੋ ਗਈ ਆ ਅੱਜ ਅਸੀਂ ਆਪਾਂ ਲਵਾਂਗੇ ਨਵੀਂ ਹੁਣ ਨਵੀਂ ਲਵਾਂਗੇ ਅਜੇ ਤੱਕ ਨਹੀਂ ਅਟਕੇ ਲਵਾਂਗੇ ਨਵੀਂ ਅਤੇ ਅੱਜ ਤਾਂ ਮੈਚ ਸੀਗਾ ਮੈਂ ਤਾਂ ਮੈਚ 'ਚ ਇੱਦਾਂ ਨਾ ਇਹਨੂੰ ਬੁੜੀਆਂ ਨੂੰ ਜ਼ਿਆਦਾ ਨਾਟਕ ਦਾ ਹੁੰਦਾ ਅਤੇ ਮਾਤਾ ਸਾਡੀ ਤਾਂ ਰੋਣੀ ਲੱਗ ਪੈਂਦੀ ਆ ਟੀ ਵੀ ਟੂਵੀ ਟੁੱਕਾ ਖਰਾਬ ਹੋ ਜਾਵੇ ਇਸ ਕਰਕੇ ਰੋਣੀ ਲੱਗ ਪੈਂਦੀ ਟੀ ਵੀ ਜਿਵੇਂ ਖਰਾਬ ਹੋ ਜਾਵੇ ਟੀ ਵੀ ਖਰਾਬ ਹੋਏ ਮਾਤਾ ਸਾਡੀ ਤਾਂ ਉਹਲੇ ਰੋਣ ਲੱਗ ਪੈਂਦੀ ਉਸ ਲਈ ਜਿਹਦੇ ਖਰਾਬ ਹੋਇਆ ਨਾਲ ਹੀ ਰੋਣ ਆਪਣਾ ਕਿਉਂਕਿ ਉਹ ਪੁਰਾਣਾ ਚੱਲਦਾ ਟੀ ਵੀ ਲਿਆ ਸੀ ਇਸ ਕਰਕੇ ਉਹ ਖਰਾਬ ਹੋ ਜਾਂਦਾ ਛੇਤੀ ਐਲ ਈ ਡੀ ਸਾਡੀ ਨਵੀਂ ਸੀਗੀ ਪਰ ਉਹਨੂੰ ਪਤਾ ਨਹੀਂ ਕੀ ਹੋਇਆ ਉਹ ਵੀ ਖਰਾਬ ਹੋ ਗਈ ਹਰ ਵੇਲੇ ਫੋਨ ਚ ਬੜੀ ਰਿਹਾ ਕਰ ਹੋਰ ਇਹੀ ਕੰਮ ਆ ਤੈਨੂੰ ਤੋੜ ਦਿੱਤਾ ਫੋਨ ਫੋਨ ਤੋੜ ਸੁੱਟਿਆ ਅੱਗੇ ਨੁਕਸਾਨ ਥੋੜਾ ਹੋਣ ਦਿਆ ਆ ਆ ਤੋੜ ਸੁੱਟਿਆ ਫੜ ਕੇ ਤੋੜਦਾ ਇੰਨਾ ਨੁਕਸਾਨ